लागू करो, लागू रेडी बंद करो, सरकार मेरा नाम है हरनेक सिंह गिल। मामला साडा प्रदर्शन का है जी, साडी हाई कमांड वालों हुक्म आया सानू भी कमर्शियल गड्डियां जिवें बलैरो पिकअप ते टाटा गड्डियां इन्हां दा साडे पंजाब लेवल ते साडी जो इकाई बनी हुई है उहदे मुताबक सानू हुक्म आया कि इन्हां नूं रोकिया जावे ते सरकार दे अगे रोस प्रदर्शन कीता जावे। किन्ना चिर रोकिया जावेगा? ਇਹਨਾਂ ਨੂੰ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਰੋਕਿਆ ਜਾਊਗਾ। ਕਾਰਨ ਕੀ ਹੈ ਸੋਨੂੰ ਇਹ ਆਪਾਂ ਰੋਕਣ ਦੀ ਕਿਉਂ ਲੋੜ ਪਈ? ਸਾਨੂੰ ਰੋਕਣ ਦੀ ਲੋੜ ਤਾਂ ਪਈ ਜੀ ਕਿ ਜਿਹੜੀਆਂ ਇਹ ਜਗਾੜੂ ਰੇੜੀਆਂ ਇਹਨਾਂ ਕੋਲੇ ਨਾ ਤਾਂ ਕੋਈ ਟੈਕਸ ਆ ਨਾ ਪ੍ਰਦੂਸ਼ਣ ਹੈ, ਜਿਹੜਾ ਸਾਡਾ ਗੱਡੀਆਂ ਦਾ ਕੰਮ ਹੈ ਇਹ ਲਈ ਜਾਂਦੇ ਤੇ ਸਾਨੂੰ ਕੋਈ ਕੰਮ ਨਹੀਂ ਮਿਲਦਾ। ਕਾਗਜ਼ ਪੱਤਰ ਵੀ ਉਹਨਾਂ ਕੋਲ ਨਹੀਂ ਹੁੰਦੇ? ਬਹੁਤ ਸਾਰੇ ਜਿਹੜੀਆਂ ਉਹਨਾਂ ਕੋਲੇ ਕੋਈ ਬੀਮਾ ਨਹੀਂ ਹੈ, ਕੋਈ ਲਾਇਸੈਂਸ ਨਹੀਂ ਹੈ, ਕੋਈ ਆਰਸੀ ਨਹੀਂ ਹੈ, ਕੋਈ ਪ੍ਰਦੂਸ਼ਣ ਨਹੀਂ ਕਰਾਉਂਦੇ, ਕੋਈ ਕੰਪਨੀ ਵੱਲੋਂ ਉਹ ਪਾਸ ਨਹੀਂ ਹੈ। ਕਿੰਨਾ ਕੁ ਨੁਕਸਾਨ ਹੋ ਜਾਂਦਾ ਤੁਹਾਡਾ? ਸਾਡਾ ਨੁਕਸਾਨ ਜੀ ਅਸੀਂ ਤਾਂ ਸਾਡੇ ਸਿਰ ਤਾਂ ਬੀਮਾ ਪਾਸਿੰਗ ਕਿਸ਼ਤਾਂ ਸਾਡਾ ਸਾਰਾ ਨੁਕਸਾਨ ਹੀ ਹੈ। ਹਾਂ ਸਰ, ਕੀ ਨਾਮ ਹੈ ਤੁਹਾਡਾ? ਕੀ ਨਾਮ ਹੈ ਤੇ ਕਿਹੜੀ ਗੱਡੀ ਹੈ ਤੁਹਾਡੇ ਕੋਲ? ਮੇਰੇ ਕੋਲ ਛੋਟਾ ਹਾਥੀ ਹੈ ਜੀ। ਕੀ ਨਾਮ ਹੈ? ਮੇਵਾ ਸਿੰਘ ਜੀ ਮੇਰਾ ਨਾਮ। ਕੀ ਮਾਮਲਾ ਜੀ ਪੁੱਛਿਆ ਪਹਿਲਾਂ? ਮਾਮਲਾ ਚੱਕਾ ਜਾਂ ਮੈਂ ਸਰ ਕੀਤਾ ਹੈ, ਸਾਡੇ ਕੋਲ ਸਾਡੇ ਕਾਗਜ਼ ਪੱਤਰ ਪੂਰੇ ਨਹੀਂ ਹੁੰਦੇ, ਸਾਡੇ ਨਾਲ ਕਿਸ਼ਤਾਂ ਟੁੱਟ ਜਾਂਦੀਆਂ, ਕੰਮ ਸਾਨੂੰ ਮਿਲ ਨਹੀਂ ਰਿਹਾ। 20000 ਰੁਪਇਆ ਅਸੀਂ ਬੀਮਾ ਕਰਾਉਨੇ ਆ, ਟੈਕਸ ਦਿੰਨੇ ਆ ਸਰਕਾਰ ਨੂੰ, ਟੂਲ ਅਸੀਂ ਦਿੰਨੇ ਆ, ਪ੍ਰਦੂਸ਼ਣ ਅਸੀਂ ਕਰਾਉਨੇ ਆ, ਇਹਨਾਂ ਕੋਲੇ ਕੁਝ ਵੀ ਨਹੀਂ, ਇਹ ਸਾਡਾ ਕੰਮ ਇਹ ਲਈ ਜਾਂਦੇ ਇਹਨਾਂ ਕੋਲੇ। ਕਿੰਨਾ ਕੋਲੇ? ਰੇੜਨ ਵਾਲੇ ਕੋਲੇ। ਕੀ ਮੰਗ ਕਰਦੇ ਨੇ? ਮੰਗ ਅਸੀਂ ਰੇੜਨਾ ਬੰਦ ਕਰਨ ਦੀ ਕਰਦੇ ਆ ਜੀ, ਤੇ ਜਾਂ ਅਸੀਂ ਟੈਕਸ ਪਾਸ ਨੂੰ ਬੀਮਾ ਕੁਝ ਨਹੀਂ ਕਰਾਉਂਦੇ ਜੀ। ਫਿਰ ਜਿਵੇਂ ਚੱਲਦੇ ਬੰਦ ਨਹੀਂ ਕਰਦੇ ਫਿਰ ਤੁਹਾਡੀ ਮੰਗ ਕੀ ਹੋਏਗੀ? ਅਸੀਂ ਤਾਂ ਅਪੀਲ ਕਰਦੇ ਬੰਦ ਕਰਨ, ਭਗਵੰਤ ਮਾਨ ਸਾਨੂੰ ਬੇਨਤੀ ਕਰਦੇ ਬੰਦ ਕਰਨ। ਸਰ ਕੀ ਨਾਮ ਹੈ ਤੁਹਾਡਾ? ਕੀ ਮਾਮਲਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਨ ਸਿੰਘ, ਗੁਰੂ ਰਾਮਦਾਸ ਜੂਨੀਅਰ, ਦਾਣਾ ਮੰਡੀ ਤੋਂ ਜੀ। ਸਾਡਾ ਅੱਜ ਦਾ ਵਿਸ਼ਾ ਹੈ ਜੀ ਕਿ 31 ਤਰੀਕ ਨੂੰ ਅਸੀਂ ਪ੍ਰੈਸ ਨੋਟ ਦਿੱਤਾ ਸੀਗਾ ਜਲੰਧਰ ਦੇ ਵਿੱਚ, 6 ਤਰੀਕ ਨੂੰ ਆਲ ਪੰਜਾਬ ਸਾਡਾ ਚੱਕਾ ਜਾਮ ਹੈ ਜੀ, ਪੂਰੇ ਆਲ ਪੰਜਾਬ ਦੇ ਵਿੱਚ ਚੱਕਾ ਸਾਡਾ। ਚਾਹੇ ਪਿਕਅਪ ਗੱਡੀਆਂ, ਛੋਟੇ ਹਾਥੀ ਚੇ ਜਿੱਪ ਗੱਡੀ, ਸਾਡੀ ਜਿਹੜੀ ਕਮਰਸ਼ੀਅਲ ਗੱਡੀਆਂ ਉਹਨਾਂ ਦਾ ਜੀ। ਕਿਉਂ, ਕੀ ਕਾਰਨ ਕੀ ਹੈ? ਉਹ ਕਾਰਨ ਜੀ ਸਾਡਾ ਪਹਿਲੇ 18/4/2022 ਨੂੰ ਆਇਆ ਸੀ, ਲੈਟਰ ਨਿਕਲਿਆ ਸੀ ਬਈ ਜੁਗਾੜੂ ਰੇਡ ਮੋਟਰਸਾਈਕਲ ਜਿਹੜੀਆਂ ਬੰਦ ਕਰਨ ਦਾ। ਤਾਂ ਉਹਦੇ ਨਾਲ ਤਾਂ ਕਿਉਂ, ਭਗਵੰਤ ਮਾਨ ਦੀ ਸਰਕਾਰ ਵੀ ਨਵੀਂ ਬਣੀ ਸੀਗੀ ਅਤੇ ਸਰਕਾਰ ਦੇ ਵਿੱਚ ਆਪਸ 'ਚ ਤਾਲਮੇਲ ਬਣਿਆ ਨਹੀਂ ਸੀਗਾ। ਭਗਵੰਤ ਮਾਨ ਨੇ ਸਵੇਰੇ ਉੱਠਣ ਸਾਰ ਵੀ ਚੱਲਣ ਦਾ ਕਹਿਤਾ ਸੀ, ਉਹ ਚੱਲਣ ਦੇ ਕਹਿਣ ਨਾਲ ਹੀ ਤਾਂ ਉਹਨਾਂ ਨੂੰ ਐਜੀ ਛੂਟ ਮਿਲ ਗਈ ਅਤੇ ਮੋਟਰਸਾਈਕਲ ਜਿਹੜੀਆਂ ਅਨੇਕ ਹੋ ਗਈਆਂ ਪੂਰੇ ਪੰਜਾਬ ਦੇ ਅੰਦਰ ਹੀ, ਬਹੁਤ ਜ਼ਿਆਦਾ ਹੋ ਗਈਆਂ। ਉਹਦੇ ਜ਼ਿਆਦਾ ਹੋਣ ਨਾਲ ਤਾਂ ਸਾਡੇ ਕੰਮ 'ਤੇ ਬਹੁਤ ਪ੍ਰਭਾਵ ਪਿਆ, ਅਸੀਂ ਬਹੁਤ ਮੰਗਾਂ ਮੰਗ ਲਈਆਂ, ਲਾਲ ਜੀ ਭੁੱਲਰ ਦੇ ਕੋਠੀ ਦੇ ਲਾਲੇ ਤਰ ਰਹੇ, ਬਹੁਤ ਕੋਈ ਲਾਲੇ। ਪਰ ਸਾਡੇ ਪਰਵਿੰਦਰ ਸਿੰਘ ਜੀ ਇੱਕ ਹੁਸ਼ਿਆਰਪੁਰ ਤੋਂ ਆਇਆ, ਉਹਨਾਂ ਦਾ ਲੈਟਰ ਫਿਰ ਨਿਕਲ ਗਿਆ 2 ਤਰੀਕ ਦਾ, ਜਿਹੜਾ 2 ਤਰੀਕ ਜਿਹੜੀ 6ਵੇਂ ਮਹੀਨੇ ਦੀ 2023 ਦੀ 6ਵੇਂ ਮਹੀਨੇ ਦੀ 2 ਤਰੀਕ ਲੈਟਰ ਨਿਕਲਿਆ ਜੀ। ਇਹਦਾ ਹੁਣ 8/8 ਜਿਹੜੇ 23 ਦਾ ਜਿਹੜੀ ਆਉਣਾ ਆ ਰਹੀ ਹੈ ਪਰਸੋਂ ਤਰੀਕ, ਇਹਦਾ ਫੈਸਲਾ ਆਉਣਾ ਹੈ। ਇਸ ਕਰਕੇ ਅਸੀਂ ਆਪਦਾ ਰੋਸ਼ਾ ਦਿਖਾ ਰਹੇ ਹਾਂ ਪੂਰੇ ਪੰਜਾਬ ਦੇ ਅੰਦਰ, ਚੱਕਾ ਆਪਣਾ ਚੱਕਾ ਜਾਮ ਕਰਕੇ ਆਪਣੀ ਗੱਡੀਆਂ ਦਾ, ਕਮਰਸ਼ਲ ਦਾ, ਸਰਕਾਰ ਕੋਲ ਆਵਾਜ਼ ਪੁਛਾ ਰਹੇ ਹਾਂ। ਅਤੇ ਕਿੰਨਾ ਚਿਰ ਚੱਕਾ ਜਾਮ? ਇਹ ਸਾਡਾ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਹੈ ਪੂਰੇ ਪੰਜਾਬ ਦੇ ਅੰਦਰ। ਹਾਂ, ਅੱਗੇ ਦੇ ਦੇਖੋ ਜੀ, 8 ਤਰੀਕ ਤੋਂ ਬਾਅਦ ਦੇਖੋ ਕੀ ਫੈਸਲਾ ਆਉਂਦਾ ਹੈ ਹਾਈਕੋਰਟ ਦਾ, ਉਹਦੇ ਫੈਸਲੇ ਤੋਂ ਬਾਅਦ ਹੀ ਦੇਖੋ ਸਾਡੇ ਜਿਹੜੇ ਸੂਬਾ ਪ੍ਰਧਾਨ ਨੇ ਹਰਜਿੰਦਰ ਸਿੰਘ ਗਿੱਲ ਹੋ ਗਏ ਅਤੇ ਬਲਜੀਤ ਜੀ ਬਬਲਾ ਹੋ ਗਏ, ਇਹ ਦੇਖੋ ਕੀ ਫੈਸਲਾ ਲੈਂਦੇ ਆ। ਉਹਨਾਂ ਦੇ ਫੈਸਲੇ ਨਾਲ ਹੀ ਫਿਰ ਗਾਂ ਸਾਰਾ ਹੀ ਪੰਜਾਬ ਤੁਰੂਗਾ ਜੀ। ਜਿਹੜੀਆਂ ਗੱਡੀਆਂ ਤੁਹਾਡੀਆਂ ਇੱਥੇ ਆਪਾਂ ਮਾਲ ਭਰ ਰਹੀਆਂ ਉਹਨਾਂ ਦਾ ਕੀ ਹੋ ਗਿਆ? ਹੁਣ ਜਿਹੜੀ ਅੱਜ ਜਿਹੜੇ ਸਾਰੇ ਪਾਸੇ ਪੂਰੇ ਪੰਜਾਬ ਦੇ ਅੰਦਰ ਹਰੇਕ ਸ਼ਹਿਰ ਦੀ ਗੱਡੀ ਅੱਡ ਸ਼ਹਿਰਾਂ 'ਚ ਰੁਕ ਰਹੀਆਂ ਨੇ, ਕੋਈ ਕਹਿੰਦਾ ਸਾਨੂੰ ਪਤਾ ਹੈ ਨਹੀਂਗਾ, ਅਤੇ ਕਈਆਂ ਨੂੰ ਜੇ ਪਤਾ ਵੀ ਹੈ ਜਾਣ ਕੇ ਉਹ ਗੇੜੇ ਲਾ ਰਹੇ ਆ, ਜਿਹੜੇ ਕਈ ਅੰਦੋਲਨ ਕਰ ਰਹੇ ਕਈ ਗੇੜੇ ਲਾਈ ਜਾਂਦੇ ਆ, ਉਹਨੂੰ ਖਾਸ ਕਰ ਸਾਰੇ ਪੰਜਾਬ 'ਚ ਰੁਕ ਰਹੀਆਂ ਗੱਡੀਆਂ ਜਿਹੜੇ ਲਾ ਰਹੇ ਆ ਉਹਨਾਂ ਦੇ ਖਿਲਾਫ਼। ਉਹਨਾਂ ਦੇ ਖਿਲਾਫ਼ ਹੁਣ ਲਈ ਜਾਂਦੇ ਐਕਸ਼ਨ, ਹਰੇਕ ਪ੍ਰਧਾਨ ਆਪਣੇ ਕੋਈ ਗਊਸ਼ਾਲਾ ਦੀ ਪਰਚੀ ਲਿਆ ਕੇ, ਕੋਈ ਪਿੰਗਲ ਵਾਲਿਆਂ ਦੀ ਪਰਚੀ ਲਿਆ ਕੇ ਆਪਦੀ ਜੇਬ 'ਚ ਨਹੀਂ ਪਾ ਰਹੇ, ਉਹ ਦੇ ਰਿਹਾ ਪੈਸੇ, ਕੋਈ ਪਰਚੀਆਂ ਕੱਟ ਰਿਹਾ, ਜੁਰਮਾਨਾ ਲਾ ਰਹੇ। ਹਾਂ, ਜੁਰਮਾਨਾ ਕਈ ਜੁਰਮਾਨਾ ਲਾ ਰਿਹਾ, ਕਈ ਆਪਣੇ ਨਾਲ ਖੜਾਈ ਖੜੇ ਵੀ ਸ਼ਾਮ ਤੱਕ 5 ਵਜੇ ਤੱਕ ਗੱਡੀਆਂ ਸਾਈਡ 'ਤੇ ਲਵਾ ਕੇ 5 ਵਜੇ ਤੱਕ ਉਹਨੂੰ ਨਾਲ ਖੜਾਈ ਖੜਿਆ। ਮੰਗ ਕੀ ਕਰਦੇ ਆ ਤੁਸੀਂ? ਸਾਡੀ ਮੰਗ ਕਰਦੇ ਹਾਂ ਜੀ, ਜਿਹੜਾ ਜਗਾੜੂ ਮੋਟਰਸਾਈਕਲ ਰੇੜੀ ਆ ਜਿਹੜੇ ਚੱਲ ਰਹੇ, ਇਹਨਾਂ ਨੂੰ ਬੰਦ ਕੀਤਾ ਜਾਵੇ। ਕਾਰਨ ਜੀ ਇਹ ਹੈ ਤੇ ਛੋਟਾ ਹਾਥੀ 7.5 ਕੁਇੰਟਲ ਪਾਸ ਹੈ ਕਾਗਜ਼ਾਂ ਦੇ ਵਿੱਚ, ਤੇ 8-10 ਕੁਇੰਟਲ 10-12 ਕੁਇੰਟਲ ਇਹ ਪਾਈ ਫਿਰਦੇ ਮੋਟਰਸਾਈਕਲ ਰੇੜੀ ਵਾਲੇ, ਇਸ ਕਰਕੇ ਬੰਦ ਕਰਾਉਣਾ ਸਾਡੇ ਕੰਮ 'ਚ ਬਹੁਤ ਧੱਕਾ ਲੱਗ ਰਿਹਾ। ਜਿੰਨਾ ਸਾਨੂੰ ਪਾਣਾ ਮਾਲ ਇਹਨਾਂ ਤੋਂ ਇਹ ਪਾਈ ਫਿਰਦੇ ਆ, ਫਿਰ ਸਾਨੂੰ ਕਿਹੜਾ ਲੈ ਕੇ ਜਾ, ਸਾਨੂੰ ਫਿਰ ਪਿਕਅਪ ਗੱਡੀ ਦਾ ਮਾਲ ਮਿਲੂਗਾ,
पिकअप नूं 407 दा माल मिली जांदा है, 407 नूं ट्रक दा माल मिली जांदा है। जे मंग ना मन्नेगी फिर की करोगे? देखो फिर वो साडे जिहड़े सूबा प्रधान है वह लैणगे, देखो कि हरी दा हड्ड रोकदे आ कि की करदे आ, अग्गे उहनां दा वड्डा फैसला ही होगा। हुण बहुत वार धरने ला ले, हुण उहनां दा वड्डा फैसला ही होगा, हुण देखदे की आंदा उहनां दा।